अपना नाम जी नाजर सिंह जी ते अपना पिंड केड़ा पैंदा जी पिंड ठुलीवाल जी अच्छा जी अपना जिला बरनाला जी ठीक है जी ਜਿਹੜਾ ਤੁਹਾਡੇ ਹੱਥ ਦੇ ਵਿੱਚ ਆਰਟੀ ਪ੍ਰੋਡਕਟ ਹੈ ਹਾਂਜੀ ਇਹ ਕਿਹੜੀ ਫਸਲ ਤੇ ਤੁਸੀਂ ਵਰਤਿਆ ਜੀ ਇਹ ਝੋਨੇ ਤੇ ਵਰਤਿਆ ਝੋਨੇ ਤੇ ਵਰਤਿਆ ਝੋਨੇ ਤੇ ਤੁਹਾਨੂੰ ਕੀ ਰਿਜ਼ਲਟ ਲੱਗਿਆ ਝੋਨੇ ਦਾ ਪਟਾਰਾ ਅੱਗੇ ਨੂੰ ਜ਼ਿਆਦਾ ਹੋਇਆਗਾ ਹਾਂਜੀ ਤੇ ਉਹ ਵੀ ਝੋਨਾ ਜਿਹੜਾ ਦੇਖਣ ਨੂੰ ਵਧੀਆ ਲੱਗ ਰਿਹਾ ਹੈ ਠੀਕ ਹੈ ਜੀ ਹਾਂਜੀ ਬਾਕੀ ਇਹਦੇ ਨਾਲ ਕੋਈ ਯੂਰੀਆ ਦੀ ਮਾਤਰਾ ਘਟਾਈ ਜੀ ਹਾਂ ਇਹਦੇ ਨਾਲ 20% ਯੂਰੀਆ ਘਟਿਆ ਅੱਗੇ ਨਾਲੋਂ ਠੀਕ ਹੈ ਤਿੰਨ ਘੱਟੇ ਪਾਉਂਦੇ ਸੀਗੇ ਠੀਕ ਹੈ ਇਸ ਵਾਰ 2.5 ਘੱਟੇ ਪਾਏ ਹੈਗੇ 2.5 ਘੱਟੇ ਪਾਏ ਜੀ ਹਾਂਜੀ ਹੁਣ ਕੋਈ ਝੋਨੇ ਦੇ ਵਿੱਚ ਤੁਹਾਨੂੰ ਕੋਈ ਘਾਟ ਤਾਂ ਨਹੀਂ ਲੱਗਦੀ ਵੀ ਐਨ ਪੂਰਾ ਵਧੀਆ ਖੜਾ ਜੀ ਨਾ ਝੋਨਾ ਹੁਣ ਪੂਰਾ ਠੀਕ ਹੈ ਇਸ ਤਰ੍ਹਾਂ ਕੋਈ ਉਹ ਨਹੀਂ ਹੈਗਾ ਠੀਕ ਹੈ ਘਾਟ ਹੈਗਾ ਬਾਕੀ ਹੋਰ ਜਿਵੇਂ ਆਪਾਂ ਵੀ ਮੰਨ ਲਓ ਵੀ 19 ਲੋਕ ਜਾਂ ਕੋਈ ਹੋਰ ਪੈ ਜਾਂਦੇ ਕੋਈ ਇਹਦੇ ਵਿੱਚੋਂ ਹਜੇ ਤੱਕ ਇਹਨੂੰ ਕੋਈ ਨੁਕਸ ਨਹੀਂ ਹੈਗਾ ਠੀਕ ਹੈ ਜੀ ਕਿਸੇ ਪ੍ਰਕਾਰ ਦਾ ਵੀ ਹਾਂਜੀ ਬਾਕੀ ਇਹਦੇ ਥੱਲੇ ਪਨੀਰੀ ਨੂੰ ਵੀ ਲਾ ਕੇ ਬੀਜੀ ਜਦੋਂ ਆਪਾਂ ਸਭ ਤੋਂ ਪਹਿਲਾਂ ਅਸੀਂ ਪਨੀਰੀ ਦੇ ਉੱਤੇ ਵੀ ਇਹਦਾ ਟਰ ਲਿਆ ਸੀ ਠੀਕ ਹੈ ਜੀ ਸੋ ਤੁਹਾਨੂੰ ਪੂਰਾ ਵਧੀਆ ਰਿਜ਼ਲਟ ਮਿਲਿਆ ਸਾਨੂੰ ਹਾਂ ਸਾਨੂੰ ਰਿਜ਼ਲਟ ਠੀਕ ਰਿਹਾ ਪੂਰਾ ਫਿਰ ਤੁਸੀਂ ਅੱਗੇ ਜ਼ਿਮੀਦਾਰਾਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਜੀ ਅੱਗੇ ਇਹੀ ਆ ਵੀ ਅੱਗੇ ਤੋਂ ਇਹ ਆਰਟੀ ਪ੍ਰੋਡਕਟ ਨੂੰ ਵਰਤਣ ਠੀਕ ਹੈ ਜੀ ਤੇ ਵੱਧ ਤੋਂ ਵੱਧ ਆਪਦਾ ਜਿਹੜਾ ਯੂਰੀਆ ਗਾ ਡਾਇਆਗਾ ਉਹਦੀ ਮਾਤਰਾ ਕੈਮੀਕਲਾਂ ਦੀ ਘਟਾਉਣ ਠੀਕ ਹੈ ਜੀ ਆਪਦੀ ਜ਼ਮੀਨ ਨੂੰ ਤੰਦਰੁਸਤ ਕਰਨ ਹਾਂਜੀ ਤੇ ਆਪਦੀ ਫਸਲ ਨੂੰ ਤੇ ਆਪਦੀ ਸਿਹਤ ਨੂੰ ਵੀ ਤੰਦਰੁਸਤ ਬਣਾਉਣ ਠੀਕ ਹੈ ਜੀ ਇੰਨੀਆਂ ਗੱਲਾਂ ਕਰਦੇ ਧੰਨਵਾਦ ਜੀ।